ਪੰਜ ਦੋਸਤਾਂ ਲਈ ਕਾਰ ਬਣ ਗਈ ਕਾਲ। ਕਾਰ ਦੇ ਵਿੱਚ ਜਿੰਦਾ ਸੜ ਗਏ ਨੌਜਵਾਨ। ਸੜਕ ਤੇ ਵਿਖਰੀਆਂ ਲਾਸ਼ਾਂ ਦੇਖ ਕੇ ਨਿਕਲੀਆਂ ਤਾਹਾਂ। ਹੱਸਦੇ ਖੇਡਦੇ ਜਾ ਰਹੇ ਸੀ ਦੋਸਤ, ਮੌਤ ਨੇ ਆ ਕੇ ਘੇਰੇ। ਕਾਰ ਦੇ ਵਿੱਚ ਸਵਾਰ ਹੋ ਕੇ ਹੱਸਦੇ ਖੇਡਦੇ ਜਾ ਰਹੇ ਇਹਨਾਂ ਦੋਸਤਾਂ ਨੂੰ ਇਹ ਅੰਦਾਜ਼ਾ ਵੀ ਨਹੀਂ ਸੀ ਕਿ ਇਹ ਉਹਨਾਂ ਦਾ ਆਖਰੀ ਸਫ਼ਰ ਹੋਵੇਗਾ। ਹਮੇਸ਼ਾ ਇਕੱਠੇ ਰਹਿਣ ਵਾਲੇ ਦੋਸਤ ਹਮੇਸ਼ਾ ਵਾਂਗ ਕਾਰ ਵਿੱਚ ਸਵਾਰ ਹੋ ਕੇ ਜਾ ਰਹੇ ਸੀ ਕਿ ਰਸਤੇ ਦੇ ਵਿੱਚ ਮੌਤ ਨੇ ਇਹਨਾਂ ਨੂੰ ਘੇਰਾ ਪਾ ਲਿਆ। ਇੰਨਾ ਭਿਆਨਕ ਹਾਦਸਾ ਕਿ ਜੋ ਦੋਸਤ ਜਿਉਂਦੇ ਜੀ ਵੱਖ ਨਾ ਹੋਏ, ਉਹਨਾਂ ਦੀਆਂ ਲਾਸ਼ਾਂ ਦੂਰ ਦੂਰ ਜਾ ਡਿੱਗੀਆਂ। ਜਿਸ ਨੇ ਵੀ ਇਸ ਹਾਦਸੇ ਨੂੰ ਦੇਖਿਆ ਉਸ ਦੀ ਧਾਰ ਨਿਕਲ ਗਈ। ਜਵਾਨ ਮੁੰਡਿਆਂ ਦੀਆਂ ਲਾਸ਼ਾਂ ਦੇਖ ਕੇ ਹਰ ਕਿਸੇ ਦੇ ਰੌਂਗਟੇ ਖੜੇ ਹੋ ਗਏ। ਹਰ ਕੋਈ ਇਹੀ ਸੋਚ ਰਿਹਾ ਸੀ ਕਿ ਇਹਨਾਂ ਦੇ ਪਰਿਵਾਰਾਂ ਦੇ ਉੱਤੇ ਕੀ ਬੀਤੇਗੀ। ਜਦੋਂ ਉਹਨਾਂ ਨੂੰ ਪਤਾ ਲੱਗੇਗਾ ਕਿ ਉਹਨਾਂ ਦੇ ਘਰਾਂ ਦੇ ਚਿਰਾਗ ਸਦਾ ਲਈ ਬੁੱਝ ਗਏ। ਇਹ ਹਾਦਸਾ ਸ਼ੁੱਕਰਵਾਰ ਦੀ ਰਾਤ ਨੂੰ ਹੋਇਆ। ਜਲੰਧਰ ਪਠਾਨਕੋਟ ਤੇ ਦਸੂਹਾ ਨੇੜੇ ਹਾਈਵੇ ਦੇ ਉੱਤੇ ਇੱਕ ਕਾਰ ਨੂੰ ਇੱਕ ਟਰੱਕ ਨੇ ਪਿੱਛੋਂ ਟੱਕਰ ਮਾਰ ਦਿੱਤੀ। ਐਕਸੀਡੈਂਟ ਤੋਂ ਬਾਅਦ ਕਾਰ ਦੇ ਵਿੱਚ ਇੰਨਾ ਵੱਡਾ ਧਮਾਕਾ ਹੋਇਆ ਕਿ ਲੋਕ ਸਹਿਮ ਗਏ। ਜਾ ਕੇ ਦੇਖਿਆ ਤਾਂ ਕਾਰ ਨੂੰ ਅੱਗ ਲੱਗ ਚੁੱਕੀ ਸੀ। ਕਾਰ ਵਿੱਚ ਸਵਾਰ ਮੁੰਡੇ ਸੜਕ ਦੇ ਉੱਤੇ ਕੱਖਾਂ ਵਾਂਗ ਬਿਖਰੇ ਪਏ ਸੀ। ਕਿਸੇ ਦੇ ਸਾਹ ਚੱਲ ਰਹੇ ਸੀ ਤੇ ਕਿਸੇ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ। ਜਿਨ੍ਹਾਂ ਦੇ ਸਾਹ ਚੱਲ ਵੀ ਰਹੇ ਸੀ ਉਹਨਾਂ ਨੇ ਵੀ ਦੇਖਦੇ ਹੀ ਦੇਖਦੇ ਦਮ ਤੋੜ ਦਿੱਤਾ। ਚਾਰ ਨੌਜਵਾਨ ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਮਿੱਟੀ ਹੋ ਗਏ। ਇੱਕ ਨੌਜਵਾਨ ਜਿਸ ਦੇ ਸਾਹ ਚੱਲਦੇ ਸੀ ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਉਸਦੀ ਵੀ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਇਹਨਾਂ ਲਾਸ਼ਾਂ ਦੇ ਅੰਗ ਵੀ ਬਿਖਰ ਚੁੱਕੇ ਸੀ। ਮਰਨ ਵਾਲੇ ਸਾਰੇ ਨੌਜਵਾਨ ਜਲੰਧਰ ਦੇ ਰਹਿਣ ਵਾਲੇ ਸੀ। ਇਹਨਾਂ ਦੀ ਪਛਾਣ ਭਾਰਗੋ ਕੈਂਪ ਦੇ ਰਹਿਣ ਵਾਲੇ ਰਿਸ਼ਭ ਮਨਹਾਸ, ਇੰਦਰਜੀਤ ਕੌਂਡਲ, ਰਾਜੂ, ਅਭੀ ਅਤੇ ਘਾਹ ਮੰਡੀ ਦੇ ਰਹਿਣ ਵਾਲੇ ਅੰਕਿਤ ਕੁਮਾਰ ਦੇ ਰੂਪ ਦੇ ਵਿੱਚ ਹੋਈ ਹੈ। ਇਹ ਸਾਰੇ ਨੌਜਵਾਨ ਕਾਰ ਦੇ ਵਿੱਚ ਸਵਾਰ ਹੋ ਕੇ ਜਲੰਧਰ ਤੋਂ ਪਠਾਨਕੋਟ ਜਾ ਰਹੇ ਸੀ, ਜਿਸ ਦੌਰਾਨ ਇਹ ਦਰਦਨਾਕ ਹਾਦਸਾ ਵਾਪਰ ਗਿਆ। ਚਸ਼ਮਦੀਦ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਦੇ ਨਾਲ ਕਾਰ ਦੇ ਵਿੱਚ ਸਵਾਰ ਹੋ ਕੇ ਮੁਕੇਰੀਆਂ ਤੋਂ ਦਸੂਹਾ ਜਾ ਰਿਹਾ ਸੀ ਜਦੋਂ ਉਹਨਾਂ ਨੇ ਅੱਗ ਦੀਆਂ ਲਪਟਾਂ ਦੇ ਵਿੱਚ ਘਿਰੀ ਕਾਰ ਦੇਖੀ ਅਤੇ ਹਾਦਸੇ ਵਿੱਚ ਜ਼ਖਮੀ ਨੌਜਵਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਕੀ ਕਹਿਣਾ ਹੈ ਗੁਰਮੀਤ ਸਿੰਘ ਦਾ, ਤੁਹਾਨੂੰ ਉਹ ਸੁਣਾ ਦਿੰਦੇ ਹਾਂ। ਮੈਂ ਇੱਦਾਂ ਭਾਅ ਜੀ, ਮੈਂ ਮੁਕੇਰੀਆਂ ਸਾਈਡ ਤੋਂ ਆ ਰਿਹਾ ਸੀ ਹੁਣੇ। ਆਪਾਂ ਜਿੱਦਾਂ ਹੀ ਇੱਥੇ ਆਉਚੀਵਸੀ ਐਮਏ ਦੇ ਵਿਚਕਾਰ ਪਹੁੰਚੇ, ਇੱਥੇ ਦੇਖਿਆ ਇੱਕ ਗੱਡੀ ਦੇ ਅੱਗ ਦੀਆਂ ਲਾਟਾਂ ਨਿਕਲਣੀਆਂ ਸ਼ੁਰੂ ਹੋਈਆਂ ਸੀ। ਸ਼ਾਇਦ ਸਾਡੇ ਤੋਂ ਇੱਕ ਦੋ ਮਿੰਟ ਪਹਿਲੇ ਐਕਸੀਡੈਂਟ ਹੋਇਆ ਸੀ ਅਤੇ ਇਹਦੇ 'ਚ ਚਾਰ ਬੰਦੇ ਕੱਢ ਕੇ ਬਾਹਰ ਸਾਈਡ 'ਤੇ ਰੱਖੇ ਸੀ, ਉਹਨਾਂ 'ਚ ਦੋ ਅਸੀਂ ਦੇਖਿਆ ਡੈੱਡ ਸੀਗੇ। ਉਸੇ ਵੇਲੇ ਅਸੀਂ ਦਸੂਹਾ ਪੁਲਿਸ ਸਟੇਸ਼ਨ ਫੋਨ ਲਾਇਆ, ਇਹ ਬੰਦੇ ਸਾਰੇ ਰਾਹਗੀਰ ਦੂਰ ਦੇ ਸੀ, ਆਪਾਂ ਲੋਕਲ ਹੋਣ ਦੇ ਨਾਂ 'ਤੇ ਫੋਨ ਲਾਇਆ। ਇਹਨਾਂ ਲਈ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ, ਐਂਬੂਲੈਂਸ ਪਹੁੰਚ ਗਈ, ਇੱਕ ਬੰਦੇ ਦੀ ਹਾਲਤ ਥੋੜ੍ਹੀ ਠੀਕ ਹੈ, ਉਹਨੂੰ ਤਾਂ ਅਸੀਂ ਰਿਕਵਰ ਕਰਕੇ ਭੇਜਤਾ। ਚਾਰ ਬੰਦੇ ਸਾਡੇ ਦੇਖਦੇ ਦੇਖਦੇ ਡੈੱਡ ਹੋ ਗਏ। ਉਸ ਤੋਂ ਬਾਅਦ ਇੱਕ ਟਰੱਕ ਇੱਥੋਂ ਕੋਈ ਅੱਧਾ ਕੁ ਕਿਲੋਮੀਟਰ ਦੂਰ ਜਾ ਕੇ ਰੋਡ ਤੋਂ ਥੱਲੇ ਡਿੱਗਿਆ। ਜਦੋਂ ਉਹਨੂੰ ਅਸੀਂ ਜਾ ਕੇ ਦੇਖਿਆ, ਉਹਦੇ 'ਚ ਇੱਕ ਬੰਦਾ ਫਸਿਆ ਸੀ ਜੋ ਕਿ ਠੀਕ ਹਾਲਤ 'ਚ ਸੀ ਪਰ ਜ਼ਖਮੀ ਸੀਗਾ। ਫਿਰ ਉਹਨੂੰ ਅਸੀਂ ਮੁੰਡਿਆਂ ਦੀ ਕੋਸ਼ਿਸ਼ ਨਾਲ ਕੱਢਣ ਦੀ ਕੋਸ਼ਿਸ਼ ਕੀਤੀ ਕੱਢ ਕੇ, ਅਤੇ ਉਸ ਨੂੰ ਆਪਾਂ ਐਂਬੂਲੈਂਸ ਪਾ ਕੇ ਭੇਜਿਆ। ਉਹਦੀ ਹਾਲਤ ਕੁਛ ਠੀਕ ਹੈ ਪਰ ਸੱਟ ਉਹਦੇ ਵੀ ਜ਼ਿਆਦਾ ਲੱਗੀ ਹੈ। ਇਹਨਾਂ 'ਚੋਂ ਮੈਨੂੰ ਲੱਗਦਾ ਵੀ ਚਾਰ ਬੰਦੇ ਮੌਕੇ 'ਤੇ ਡੈੱਡ ਹੋ ਗਏ ਆ, ਅਤੇ ਇਹਨਾਂ ਦੀ ਹੈਲਪ ਲਈ ਫਿਰ ਆਪਾਂ ਆਪਣੀ ਗੱਡੀ 'ਚ ਡੈੱਡ ਬੋਡੀ ਵੱਲ ਜਾ ਕੇ ਪੁਲਿਸ ਪ੍ਰਸ਼ਾਸਨ ਨਾਲ ਸਿਵਲ ਹੋਸਪਿਟਲ ਜਾ ਰਹੇ ਮੋਚਰੀ 'ਚ।
ਹਾਦਸੇ ਦੀ ਕੋਈ ਸਮਝ ਨਹੀਂ ਆਉਂਦੀ ਜੀ। ਟਰੱਕ ਕਿਸੇ ਹੋਰ ਡਾਇਰੈਕਸ਼ਨ 'ਚ ਪਿਆ, ਗੱਡੀ ਕਿਸੇ ਹੋਰ ਡਾਇਰੈਕਸ਼ਨ 'ਚ ਹੈ, ਅਤੇ ਗੱਡੀ ਸ਼ਾਇਦ CNG ਹੈ, ਨਾਲ ਹੀ ਬਲਾਸਟ ਹੋ ਗਈ। ਇਹ ਨਹੀਂ ਪਤਾ ਹੁਣ ਬੰਦੇ ਬਲਾਸਟ ਹੋਣ ਕਰਕੇ ਬਾਹਰ ਡਿੱਗੇ ਆ ਕੇ ਜਾਂ ਨਿਕਲ ਗਏ ਸੀਗੇ ਅਤੇ ਨਾਲ ਹੀ ਬੰਦੇ ਖਤਮ ਹੀ ਸੀਗੇ ਲਗਭਗ। ਦੱਸਿਆ ਜਾ ਰਿਹਾ ਹੈ ਕਿ ਜਿਸ ਟਰੱਕ ਨੇ ਕਾਰ ਨੂੰ ਟੱਕਰ ਮਾਰੀ ਸੀ ਉਹ ਵੀ ਅੱਗੇ ਜਾ ਕੇ ਬੇਕਾਬੂ ਹੋ ਕੇ ਝਾੜੀਆਂ ਦੇ ਵਿੱਚ ਪਲਟ ਗਿਆ। ਟਰੱਕ ਡਰਾਈਵਰ ਨੂੰ ਬੜੀ ਮੁਸ਼ਕਲ ਦੇ ਨਾਲ ਟਰੱਕ ਦੇ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਇਸ ਹਾਦਸੇ ਦੇ ਵਿੱਚ 5 ਘਰਾਂ ਦੀਆਂ ਖੁਸ਼ੀਆਂ ਉਜੜ ਗਈਆਂ। ਅੱਜ 5 ਘਰਾਂ ਦੇ ਵਿੱਚ ਬੈਣ ਪੈਣਗੇ ਤਾਂ ਦੇਖਣ ਵਾਲੀ ਹਰ ਅੱਖ ਨਮ ਹੋ ਜਾਏਗੀ। ਇਹਨਾਂ ਨੌਜਵਾਨਾਂ ਨੂੰ ਲੈ ਕੇ ਇਹਨਾਂ ਮਾਪਿਆਂ ਨੇ ਕਈ ਸੁਪਨੇ ਦੇਖੇ ਹੋਣਗੇ। ਕਿਸੇ ਦੇ ਸਿਰ ਤੇ ਘਰ ਦੀਆਂ ਜ਼ਿੰਮੇਵਾਰੀਆਂ ਹੋਣਗੀਆਂ, ਕੋਈ ਆਪਣੇ ਬੁੱਢੇ ਮਾਪਿਆਂ ਦਾ ਸਹਾਰਾ ਹੋਵੇਗਾ ਤੇ ਕੋਈ ਘਰ ਦਾ ਲਾਡਲਾ, ਸਾਰੇ ਘਰ ਦੀ ਜਾਨ ਹੋਵੇਗਾ। ਪਰ ਇਸ ਹਾਦਸੇ ਨੇ ਇੱਕੋ ਝਟਕੇ ਦੇ ਵਿੱਚ ਸਾਰੇ ਘਰਾਂ ਨੂੰ ਰੋਲ ਕੇ ਰੱਖ ਦਿੱਤਾ।